ਦੋਸਤੋ ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅੱਜ ਗੁਲਾਮ ਅਹਿਮਦ। ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਨੂੰ ਲਾਜ਼ਮੀ ਕਰ ਲੈਣਾ ਕਲਿੱਕ, ਤਾਂ ਕਿ ਸਾਡੀ ਨਵੀਂ ਤੇ ਅੱਛੀ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਪਹੁੰਚੇ ਸਭ ਤੋਂ ਪਹਿਲੇ। ਅੱਜ ਜਨਾਬ ਇੱਕ ਦੂਜੇ ਮੱਝ ਦੀ ਵੀਡੀਓ ਲੈ ਕੇ ਆਇਆ। ਮੱਝ ਜਨਾਬ ਸੂਈ ਸੁਆਈ ਹੈ, ਕਦੋਂ ਸੂਈ ਹੈ, ਕਿੰਨਾ ਦੁੱਧ ਕਰਦੀ ਹੈ, ਕਿੰਨਾ ਜਨਾਬ ਮਾਲਕ ਪਿਆਰ ਮੁਹੱਬਤ ਵਾਲਾ ਮੁੱਲ ਕਰਦਾ, ਇਹ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ ਅੱਲਾਹ ਦੇ ਫਜ਼ਲ ਕਰਮ ਨਾਲ। ਮੱਝ ਜਨਾਬ ਕੱਦ ਚੰਗਾ, ਲਾਮ ਚੰਗੀ, ਚਾਰੇ ਖੋਰ ਇੱਕੋ ਜਿਹਾ, ਥੱਬੇ ਦਾ ਵਾਨਾ, ਮੁੱਠ ਮੁੱਠ ਦਾ ਥਾਨ, ਪੂਰੀਆਂ ਵਿਰਲਾ, ਖੁੱਡਾ ਪੁੱਠਾ ਟਾਕ ਮੇਰੇ ਕੈਮਰੇ ਨਜ਼ਰ ਹੈ, ਸਿੱਧ ਸਦਾੜ ਮੱਝ ਮਾਸ਼ਾਅੱਲਾ, ਜਿਵੇਂ ਜਨਾਬ ਗਾਡਰ ਹੁੰਦਾ ਅੱਲਾਹ ਦੇ ਫਜ਼ਲ ਕਰਮ ਨਾਲ। ਥੱਬੇ ਦਾ ਵਾਨਾ ਤੁਨੀ ਤੋਂ ਲੈ ਕੇ ਸਾਰ ਤੀਕਰ ਵਾਨਾ, ਲੱਤਾਂ ਤੇ ਜਨਾਬ ਫੁੱਟ ਫੁੱਟ ਬਾਰ ਲਾਈ ਖੜੀ ਹੈ, ਇੱਕੋ ਜਿਹੀ ਅੱਖ ਮਾਸ਼ਾਅੱਲਾ, ਕਤਰੀ ਕਤਰੀ ਸਿੰਗੀ, ਸਫੈਦ ਮੱਥਾ ਥੋੜਾ ਜਿਹਾ। ਬਾਕੀ ਜਨਾਬ ਮੱਝ ਵਿੱਚ ਅੱਲਾਹ ਦੀ ਮਿਹਰਬਾਨੀ ਨਾਲ ਕੋਈ ਕਮੀ ਕੁਤਾਈ ਨਹੀਂ। ਥੱਬੇ ਦਾ ਵਾਨਾ ਪੂਰੀ ਬਰੀਕ ਮਾਸ਼ਾਅੱਲਾ, ਜਿਵੇਂ ਜਨਾਬ ਰੇਸ਼ਮ ਦਾ ਕੱਪੜਾ ਹੁੰਦਾ। ਬਾਕੀ ਜਨਾਬ ਚਾਰ ਸ਼ੇਰੋ ਮੇਰੇ ਕੈਮਰੇ ਨਜ਼ਰ ਹੈ, ਭਰਾਵਾਂ ਨੇ ਆਪਣੀ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਹੈ। ਖੁੱਡਾ ਪੁੱਠਾ ਟਾਕ ਮੇਰੇ ਕੈਮਰੇ ਨਜ਼ਰ ਹੈ ਮਾਸ਼ਾਅੱਲਾ। ਬਾਕੀ ਜਨਾਬ ਪੰਡਾ ਵਾਲਾ ਵਾਨਾ, ਕੱਦ ਚੰਗਾ, ਲਾਮ ਚੰਗੀ। ਲਓ ਵੀਰ ਜੀ ਅਸਲਾਮ ਅਲੈਕਮ। ਵਾਲੇਕਮ ਸਲਾਮ ਭਾਜਨ, ਕੀ ਹਾਲ ਹੈ? ਅੱਲਾ ਦਾ ਸ਼ੁਕਰ ਜੀ। ਸਭ ਤੋਂ ਪਹਿਲੇ ਦੱਸਣਾ ਕਿ ਮੱਜ ਕਿੰਨਵਾ ਸੁਆ ਸੂਈ ਹੈ? ਇਹ ਜੈਨੂਨ ਹਾਈ ਸਾਹਿਬ ਦੂਸਰਾ ਸੁਆ, ਝੋਟੀ ਮੱਝ ਆ, ਝੋਟੀ ਦੂਸਰਾ ਸੁਆ ਸੂਈ ਹੈ। ਤੇ ਕਿੰਨੇ ਕੁ ਦਿਨ ਹੋ ਗਏ ਨੇ ਇਹਨੂੰ? ਹੋ ਗਿਆ 17-18 ਦਿਨ ਹੋ ਗਏ। 17-18 ਦਿਨ ਹੋ ਗਏ ਨੇ ਸੂਈ? ਹਾਂ ਜੀ, ਮੈਲਾ ਸਿੱਟੀ ਜਾ ਰਹੀ ਹੈ, ਮੈਲਾ ਸਿੱਟੀ ਜਾ ਰਹੀ, ਮੈਲੇ ਚੱਲ ਵੀ ਮੈਲਾ ਸਿੱਟਣ ਲਈ ਹੈ। ਅੱਛਾ ਜਨਾਬ ਸੂਈ ਖੜੀ ਹੈ, 98 ਘਾਟਾ ਵਾਧਾ ਗੰਢ? ਕੋਈ ਘਾਟਾ ਵਾਧਾ ਨਹੀਂ। ਛੱਟਾ ਫੁਹਾਰ? ਕੋਈ ਛੱਟਾ ਫੁਹਾਰ ਨਹੀਂ। ਅਸਮਾਨ ਦਾ ਕੋਈ ਗੜਬੜ? ਕੋਈ ਗੜਬੜ ਨਹੀਂ, ਸੂਈ ਖੜੀ ਹਾਈ ਸਾਹਿਬ, ਚੋ ਕੇ ਲੈ ਜਾਵੇ ਕੋਈ। ਅੱਛਾ ਜਨਾਬ, ਹੁਣ ਇਹਦੇ ਥੱਲੇ ਦੋ ਦੱਸਣਾ ਹੈ ਕਿਉਂਕਿ ਮੈਲਾ ਸੜਦੀ ਪਈ ਹੈ, ਮਜ਼ੀਦ ਇਨਸ਼ਾਅੱਲਾ ਸੜਦੀ ਰਹੇਗੀ। ਹਾਂਜੀ, ਦੁੱਧ ਜਨਾਬ ਦੋ ਟਾਈਮ ਦਾ ਹਾਜ਼ਰ, ਮੌਕੇ ਤੇ ਕੋਈ ਵੀਰ ਭਰਾ ਆਵੇ ਤੇ ਆਪਾਂ ਜਨਾਬ ਦੋਵੇਂ ਭਰਾ ਸ਼ਰਮਿੰਦਾ ਨਾ ਹੋਈਏ। ਨਹੀਂ ਹਾਈ ਸਾਹਿਬ ਸ਼ਰਮਿੰਦਾ, ਦੁੱਧ ਦਾ ਕਿਲੋ ਘੱਟ ਦੱਸਦੀ ਤੇਰੀ ਮਿਹਰਬਾਨੀ। ਇਹ ਹਾਈ ਸਾਹਿਬ ਪੱਠਿਆਂ ਦੇ ਉੱਤੇ ਦੁੱਧ ਦੇ ਥੱਲੇ ਹੱਥ 14 ਲੀਟਰ ਆ। 14 ਲੀਟਰ? ਹਾਂ, ਨਿਚੋੜ ਦੁੱਧ, ਨਿਚੋੜ ਦੁੱਧ। ਹਾਂਜੀ, ਬੱਚੇ ਸਮੇਤ? ਹਾਂਜੀ, ਬੱਚੇ ਸਮੇਤ। ਦੁੱਧ ਨਾਲੇ ਨਸੀਬਾਂ ਦਾ ਵੀ ਹੁੰਦਾ, ਨਸੀਬਾਂ ਦਾ। ਹਾਂਜੀ, ਹਾਜ਼ਰ ਮੌਕੇ ਤੇ 14 ਲੀਟਰ, ਹਾਜ਼ਰ ਮੌਕੇ ਤੇ 14 ਲੀਟਰ, ਠੀਕ ਹੋ ਗਿਆ ਜੀ। ਤੇ ਦੂਸਰੀ ਗੱਲ ਇਹ ਕਰਨੀ ਹੈ ਜਨਾਬ, ਨੀਲੀ ਦੀ ਨਾ ਜੀ? ਨਾ, ਇਹ ਪਿਓਰ ਹੀ ਨੀਲੀ ਦੀ, ਬਰੀਕ ਚਮੜੀ, ਬਰੀਕ ਚਮੜੀ ਆ, ਵੇਖ ਨਾੜਾਂ ਨਜ਼ਰ ਆਉਂਦੀਆਂ ਬਰੀਕ ਬਰੀਕ ਵਿੱਚੋਂ। ਤੇ ਵਕਤ ਵੇਲਾ ਅੱਲਾਹ ਪਾਕ ਨੇ ਕਿੰਨਾ ਲਾਇਆ ਇਹਨੂੰ, ਮੁੱਲ ਨੀ ਮੈਂ ਇਹਦਾ ਕਰਦਾ ਪਿਆ ਵਾਂ, ਲੇਕਿਨ ਲੋਕੀ ਤਾਂ 7-7 ਲੱਖ ਮੰਗੀ ਜਾਂਦੇ। ਲੋਕਾਂ ਬਣੇ ਨੀ ਵੇਖਣਾ, ਜਾਨਵਰ ਨੂੰ ਵੇਖਣਾ ਤੇ ਮੱਝ ਵੇਚਣ ਦੀ ਗੱਲ ਕਰਨੀ। ਇਹਦਾ ਪਿਆਰ ਮੁਹੱਬਤ ਵਾਲੇ ਜਿਹੜੇ ਪੈਸੇ ਲੈਣੇ ਨੇ, 100 ਦਾ ਨੋਟ ਵੀ ਘੱਟ ਨਹੀਂ ਕਰਨਾ। ਹਾਈ ਸਾਹਿਬ ਮੁੱਲ ਮੈਂ ਕਰਦਾ ਇਹਦਾ ਜ਼ਿਆਦਾ, 4 ਲੱਖ ਰੁਪਇਆ ਮੈਂ ਕਰਦਾ ਮੁੱਲ ਇਹਦਾ ਤੁਹਾਡੇ ਵਾਸਤੇ, ਕਿਉਂਕਿ ਪੱਕੀ ਤੁਹਾਡੇ ਨਾਲ ਪੱਕੀ ਗੱਲ ਕਰੀ ਦੀ ਹੈ। ਪੱਕੀ ਗੱਲ, ਲੱਸੀ ਦੀ ਦੇਣੀ ਮੱਝ ਆਪਾਂ, ਫਾਈਨਲ ਫਾਈਨਲ। ਕੋਈ ਵੀਰ ਭਰਾ ਆਵੇ ਤੇ ਉਹਦੇ ਵਿੱਚ ਜਨਾਬ ਕੋਈ ਲਚਕ ਮਾੜੀ ਮੋਟੀ ਪਿਆਰ? ਲਚਕ ਨਹੀਂ ਰੱਖੀ ਹਾਈ ਸਾਹਿਬ। ਅੱਛਾ, ਲਚਕ ਨਹੀਂ ਰੱਖੀ, ਕਸਮ ਭੰਨਣ ਵਾਲੀ ਗੱਲ ਆ, ਜਿਹੜਾ 13,000 ਵਾ, ਕੋਈ 1,000-2,000 ਵਾਲਾ, ਬਾਕੀ ਇਹ ਆਪਾਂ ਛਾਲ ਨਹੀਂ ਮਾਰੀ, ਵੇਚਣ ਵਾਲੀ ਗੱਲ ਕੀਤੀ। ਵੇਚਣ ਵਾਲੀ ਗੱਲ ਕੀਤੀ ਨੇ, ਗੱਲ ਤੂੰ ਸੋਹਣੀ ਕੀਤੀ, ਕਿਉਂਕਿ ਭਰਾ ਸਮਝਦਾਰ ਜਿਹੜੇ ਲੋਕ ਮੱਝਾਂ ਖਰੀਦਦੇ ਨੇ ਨਾ, ਹਾਂਜੀ, ਉਹ ਸਮਝਣਗੇ ਤੇ ਇਨਸ਼ਾਅੱਲਾ ਇਹ ਗੱਲ ਨਹੀਂ ਕਰਨਗੇ ਕਿ ਇਹਦੇ ਵਿੱਚ ਕਾਫੀ ਵੇਖਣਗੇ, ਸਮਝਣਗੇ, ਮੰਗਣਗੇ ਤੇ ਕੋ ਮੱਝ ਹਾਜੀ ਇਨਸ਼ਾਅੱਲਾ। ਹਾਂਜੀ,
ਠੀਕ ਹੋ ਗਿਆ ਜਨਾਬ 3,83,000 ਹਾਂਜੀ ਫਾਈਨਲ 14 ਲੀਟਰ ਦੀ ਗਰੰਟੀ ਤੇ ਮਗਰਾ ਕੱਟੀ ਕੱਟਾ ਮਗਰਾ ਵੇਖ ਲਾ ਠੀਕ ਹੈ ਜਨਾਬ ਮਾਸ਼ਾਅੱਲਾ ਮਾਈ ਥੱਲੇ ਦੁੱਧ ਹਾਇਆ ਕਿ ਨਹੀਂ ਹੈ ਠੀਕ ਹੋ ਗਿਆ ਸੂਈ ਨੂੰ ਤਾਂ 17-18 ਦਿਨ ਹੋ ਗਏ ਇੰਨੇ ਦਿਨ ਹੋ ਗਏ ਆਪਾਂ ਕਿਉਂ ਝੂਠ ਬੋਲਣਾ ਲਓ ਜਨਾਬ 3,80,000 4 ਸ਼ੇਰ ਮੱਝ ਮੇਰੇ ਕੈਮਰੇ ਨਜ਼ਰ ਨਸਲ ਜ਼ਾਤ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਮੇਰੇ ਭਰਾ ਵੇਖਦੇ ਨੇ ਮੱਝ ਮਾਸ਼ਾਅੱਲਾ 4 ਸ਼ੇਰ ਇੱਕੋ ਜੀ ਸਿੱਧੀ ਮੱਝ ਮਾਸ਼ਾਅੱਲਾ ਜਿਵੇਂ ਗਾਡਰ ਹੁੰਦਾ ਬਾਕੀ ਪੁੱਠਾ ਚੌੜਾ ਖੁੱਡਾ ਛੋਟੀ ਜਿਹੀ ਬਾਕੀ ਇੱਕੋ ਜੀ ਅੱਖ ਪਾਲਸ਼ ਵਾਲੀ ਚਮਕ ਵਾਲੀ ਮੱਝ ਆ ਜੰਦਰੀ ਵਾਲੀ ਚਲੋ ਭਾਈ ਜਾਨ ਖੋਲ ਕੇ ਨਾ ਮਾੜੀ ਜੀ ਚੋਰ ਕੇ ਵਿਖਾਓ ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਹੁੰਦੇ ਨੇ ਸੌਦਾ ਨਾਲ ਨਸੀਬ ਦੇ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਜਨਾਬ ਲਾਈਕ ਕਰਨਾ ਤੇ ਮੁਹੱਬਤ ਨਾਲ ਜਨਾਬ ਮਾਸ਼ਾਅੱਲਾ ਦਾ ਕਮੈਂਟ ਕਰਨਾ ਨੰਬਰ ਆਪਣਾ ਜਨਾਬ ਡਿਸਕ੍ਰਿਪਸ਼ਨ ਵਿੱਚ ਨੰਬਰ ਜਨਾਬ 24 ਘੰਟੇ ਇਨਸ਼ਾਅੱਲਾ ਆਨਲਾਈਨ ਮਿਲਾਂਗੇ ਅਗਲੀ ਵੀਡੀਓ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ